ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਅਪਡੇਟ PSAT 2024 ਦੇ ਸੰਬੰਧੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ। ਕਦੋਂ ਹੋਵੇਗਾ ਪੇਪਰ ਨੋਟਿਸ ਜਾਰੀ ਸੰਬੰਧੀ ਨਵੀਂ ਅਪਡੇਟ ਆਈ। PSAT ਦੀ ਵੇਟ ਕਰਨ ਵਾਲੇ ਉਮੀਦਵਾਰ ਜ਼ਰੂਰ ਦੇਖਣ ਇਸ ਵੀਡੀਓ ਨੂੰ, ਕੀ ਆ ਪੂਰੀ ਅਪਡੇਟ, ਆਓ ਜਾਣਦੇ ਹਾਂ ਅੱਜ ਦੀ ਇਸ ਵੀਡੀਓ ਦੁਆਰਾ। ਉਸ ਤੋਂ ਪਹਿਲਾਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ। ਅੱਜ ਗੱਲ ਕਰਦੇ ਹਾਂ PSAT 2024 ਨੋਟੀਫਿਕੇਸ਼ਨ ਕਦੋਂ ਆਵੇਗਾ, ਕਦੋਂ ਹੋਵੇਗਾ ਪੇਪਰ। ਤਾਂ ਦੋਸਤੋ, ਇਸ ਦੇ ਸੰਬੰਧ ਵਿੱਚ ਆਪਣੀ ਯੂਨੀਅਨ ਵੱਲੋਂ ਵਿਧਾਇਕ ਗੋਲਡੀ ਕੰਬੋਜ ਨੂੰ ਮੰਗ ਪੱਤਰ ਸੌਂਪਿਆ ਗਿਆ। ਕੀ ਇਹ ਪੂਰੀ ਖਬਰ ਆਪਾਂ ਪੜ੍ਹਦੇ ਹਾਂ। PSAT ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ ਦੀ ਅਗਵਾਈ 'ਚ ਜ਼ਿਲ੍ਹਾ ਫਾਜ਼ਿਲਕਾ ਦੀ ਕਮੇਟੀ ਵੱਲੋਂ ਵਿਧਾਇਕ ਜਲਾਲਾਬਾਦ ਗੋਲਡੀ ਕੰਬੋਜ ਨੂੰ ਸਿੱਖਿਆ ਮੰਤਰੀ ਪੰਜਾਬ ਨਾਲ ਮੰਗ ਪੱਤਰ ਸੌਂਪਿਆ ਗਿਆ। ਪ੍ਰੈਸ ਨੂੰ ਬਿਆਨ ਜਾਰੀ ਕਰਦੇ ਜ਼ਿਲ੍ਹਾ ਪ੍ਰਧਾਨ ਰਾਹੁਲ ਕੰਬੋਜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਵਾਰ ETT ਅਤੇ BEd ਪਾਸ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਕਿਉਂਕਿ ਸਰਕਾਰ ਵੱਲੋਂ ਕੋਈ ਸਮਾਂ ਤੈਅ ਨਹੀਂ ਕੀਤਾ ਜਾ ਰਿਹਾ ਕਿ ETT ਅਤੇ BEd ਕਰ ਚੁੱਕੇ ਉਮੀਦਵਾਰਾਂ ਦਾ ਅਧਿਆਪਕ ਯੋਗਤਾ ਟੈਸਟ ਕਦੋਂ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣੇ ਅਤੇ ਹਿਮਾਚਲ ਪ੍ਰਦੇਸ਼ ਵੱਲੋਂ ਹਰ ਸਾਲ ਤੈਅ ਸਮੇਂ 'ਤੇ ਅਧਿਆਪਕ ਯੋਗਤਾ ਟੈਸਟ ਲਿਆ ਜਾਂਦਾ ਹੈ ਅਤੇ ਪਿਛਲੇ ਦਿਨਾਂ ਵਿੱਚ ਦੋਵਾਂ ਰਾਜਾਂ ਦੇ ਟੈਟ ਦਾ ਪੇਪਰ ਲੈ ਲਿਆ ਗਿਆ ਹੈ, ਪਰ ਪੰਜਾਬ ਵਿੱਚ SAT ਦੇ ਕੋਈ ਪੇਪਰ ਜਾਂ ਫਿਰ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਔਰ ਉਮੀਦਵਾਰਾਂ ਨੂੰ ਨੋਟਿਸ ਜਾਰੀ ਕਰਵਾਉਣ ਦੇ ਲਈ ਸੜਕਾਂ ਉੱਪਰ ਧਰਨੇ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਹਨਾਂ ਸਿੱਖਿਆ ਮੰਤਰੀ ਦੇ ਨਾਲ ਮੰਗ ਪੱਤਰ ਦੇ ਮੰਗ ਕੀਤੀ ਕਿ PSAT ਦੇ ਪੇਪਰ 'ਚ ਨੋਟਿਸ ਤੋਂ ਪੇਪਰ ਹੋਣ 'ਚ ਤਿਆਰੀ ਦਾ ਸਮਾਂ ਦਿੱਤਾ ਜਾਵੇ ਅਤੇ ਟੈਟ ਹਰ ਸਾਲ ਵਿੱਚ ਆਵੇ। ਆਗੂਆਂ ਨੇ ਦੱਸਿਆ ਕਿ ਇਸ ਮੌਕੇ ਵਿਧਾਇਕ ਗੋਲਡੀ ਕੰਬੋਜ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਮੈਂਸ ਨਾਲ 14 ਫਰਵਰੀ ਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ ਹੈ, ਪਰ ਜੇਕਰ ਯੂਨੀਅਨ ਆਗੂਆਂ ਦੀ ਮੀਟਿੰਗ ਨਹੀਂ ਕਰਵਾਈ ਗਈ ਤਾਂ ਟਿੱਕਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਸਮੇਂ ਜ਼ਿਲ੍ਹਾ ਸੀਨੀਅਰ ਮੈਂਬਰ ਲਵਿਸ਼ ਗੁਰਪ੍ਰੀਤ ਕੰਬੋਜ ਸੋਨੂੰ, ਸੀਨੀਅਰ ਮੈਂਬਰ ਕੰਬੋਜ ਅਮਨ ਕੰਬੋਜ, ਵਿਪਨ ਕੰਬੋਜ ਅਤੇ ਹੋਰ ਅਲੱਗ ਅਲੱਗ ਸਾਥੀ ਇਸ ਧਰਨੇ ਦੇ ਵਿੱਚ ਮੌਜੂਦ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਯੂਨੀਅਨ ਆਪਣੇ ਸਾਥੀਆਂ ਦਾ ਕੀ ਨੁਮਾਇੰਦਾ ਕਰਦੀ ਆ, ਕਿ ਕਦੋਂ ਤੱਕ ਉਹਨਾਂ ਦਾ PSAT ਕਰਵਾਉਂਦੀ ਹੈ, ਜਾਂ ਫਿਰ ਸਿੱਖਿਆ ਮੰਤਰੀ ਨਾਲ ਕਦੋਂ ਮੀਟਿੰਗ ਫਾਈਨਲ ਕੀਤੀ ਜਾਂਦੀ ਹੈ। ਇਸ ਦੇ ਸੰਬੰਧੀ ਜੋ ਵੀ ਅਪਡੇਟ ਰਹਿਣਗੇ ਸਾਰੀ ਜਾਣਕਾਰੀ ਤੁਹਾਨੂੰ ਇਸੇ ਚੈਨਲ ਉੱਪਰ ਦੇਵਾਂਗੇ। ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।